गुड मॉर्निंग दोस्तों, आज है मार्च 22, 2022। अज असी शुरू करांगे एवरग्रीन का एक होर पार्ट है जिहदा अज तो शुरू करांगे। ये है मैनिंग रोड, अज राजपूत वे दे तुहानूं मैं लैके जावांगा। चलो शुरू करते हैं। तो राइट नाउ दिन के सवेर के 8:15 बजे है, तो टैंपरेचर जोड़ा है वह -2 है, पर फील लाइक -7 है। तो काफ़ी हवा चल रही है, तो काफ़ी ठंड महसूस हो रही है। चलो शुरू करते हैं, मेरे नाल बने रहो। टेंपरेचर अजकल दिन वेले प्लस हो जाता, इस करके साइड वॉक्स काफ़ी क्लीयर हो गई हैं। मॉर्निंग वॉक करनी थोड़ी सौखी हो गई मेरे लिए। साइड पर तुम देख सकते हैं हले भी घर के मूहरे काफ़ी स्नो है। कल नूं मैनूं लगता कि तकरीबन 11 डिग्री टैंपरेचर जिहड़ा हो रहा प्लस का, स्नो काफ़ी मेल्ट हो जाएगी। मैं एवरग्रीन ते राजपूत वे ते जा रहा, ते काफ़ी यह स्ट्रीटा है राजपूत वे, राजपूत क्रीसेंट। तो कोशिश करूँगा मैं उन्हें बहुत स्ट्रीटा ते लै जावां। ये जॉन रोड आ गई, जॉन रोड नूं क्रॉस करके फिर सीधे ही मैं जावांगा। कल तुहानूं मैं जॉन रोड का कुछ पार्ट दिखाया सी, जो लैफ्ट साइड का। देखो हले भी काफ़ी स्लिपरी है, सो आई हैव टू बी वेरी केयरफुल।
ਇਸ ਸਟਰੀਟ ਤੇ ਦੋਨੇ ਪਾਸੇ ਪਾਰਕਿੰਗ ਕਰਨ ਨਾਲ ਬੜੀ ਪ੍ਰੋਬਲਮ ਹੁੰਦੀ ਹੈ। ਉਹ ਤੁਸੀਂ ਦੇਖ ਸਕਦੇ ਆ ਕਿ ਗੱਬੇ ਜਿਹੜੀ ਜਗ੍ਹਾ ਹੈਗੀ ਬਹੁਤ ਘੱਟ ਬਚਦੀ ਆ, ਉਹਦੇ ਨਾਲ ਟ੍ਰੈਫਿਕ ਦੀ ਬੜੀ ਪ੍ਰੋਬਲਮ ਆਉਂਦੀ ਹੈ ਅਤੇ ਵਿੰਟਰ 'ਚ ਖਾਸ ਕਰਕੇ, ਕਿਉਂਕਿ ਸਨੋ ਸਾਈਡਾਂ ਤੋਂ ਸਿਟੀ ਰਿਮੂਵ ਨਹੀਂ ਕਰਦੀ ਅਤੇ ਪ੍ਰੋਬਲਮ ਪਾਰਕਿੰਗ ਕਰਨ ਵੇਲੇ ਵੀ ਆਉਂਦੀ ਹੈ। ਗਲਵਸ ਮੈਂ ਲੈ ਕੇ ਨਹੀਂ ਆਇਆ ਅਤੇ ਹੁਣ ਮੇਰੇ ਹੱਥ ਬਹੁਤ ਠਰ ਰਹੇ ਆ ਅਤੇ ਜਿਹੜਾ ਮਨ ਦਾ ਭੁਲੇਖਾ ਹੁੰਦਾ ਕਿ ਟੈਂਪਰੇਚਰ ਹੁਣ ਇੰਨਾ ਬਹੁਤਾ ਮਾਈਨਸ ਨਹੀਂ ਹੈ, ਠੰਡ ਨਹੀਂ ਲੱਗੇਗੀ ਹੱਥਾਂ ਨੂੰ, ਉਹ ਪ੍ਰੋਬਲਮ ਹੁੰਦੀ ਹੈ। Was a mistake. Proper dress up ho gaya, tusi jo nahi nikal diya tha ye main gas bend ਚੀਜ਼ ਆ ਗਈ ਹੈ, ਕੱਲ੍ਹ ਵੀ ਤੁਹਾਨੂੰ ਸਫਾਈ ਸੂਟ ਕੀਤਾ ਵਾ। ਸਾਈਡ ਵਾਕਸ ਕਾਫੀ ਹਲੇ ਵੀ ਸਲਿਪਰੀ ਹੈਗੀਆਂ, ਇਹ ਜਗ੍ਹਾ ਤਾਂ ਬਿਲਕੁਲ ਹੀ ਗਲਾਸ ਹੀ ਰੋਡ ਬਣੀ ਹੋ। ਇਹ ਆ ਗਈ ਵਾਇੰਟ ਲੇਨ, ਇੱਧਰ ਸਾਨੂੰ ਮੈਂ ਇਸ ਰੋਡ 'ਤੇ ਇਹ ਦੇਖੋ ਪਾਣੀ ਪਾਣੀ ਹੋਇਆ ਹੈ, ਬੜਾ ਡੇਂਜਰਸ ਆ ਜਾਂਦਾ ਹੈ। ਇਹ ਵਾਇੰਟ ਲੇਨ ਹੈ,
ਦਿਨਾਂ ਦਾ ਕਾਫੀ ਫਰਕ ਪੈ ਗਿਆ ਅੱਜ ਕੱਲ 12 ਘੰਟੇ ਤੋਂ ਜ਼ਿਆਦਾ ਦਾ ਦਿਨ ਹੋ ਜਾਂਦਾ ਅੱਜ ਕੱਲ ਤਕਰੀਬਨ 7:05 ਤੇ ਹੈ ਸੂਰਜ ਨਿਕਲਿਆ ਅੱਜ ਤੇ ਤੁਸੀਂ ਦੇਖ ਸਕਦੇ ਹੋ ਤੇ ਅਜੇ ਤਕਰੀਬਨ 8:30 ਹੋਏ ਹੋਏ ਤੇ ਸੂਰਜ ਕਿੱਦਾਂ ਕਿੱਥੇ ਪਹੁੰਚ ਗਿਆ ਮੁੜ ਕੇ ਫਿਰ ਜੌਨ ਰੋਡ ਆ ਗਈ ਇੱਥੇ ਇੱਧਰ ਅਤੇ ਉਹ ਸਾਹਮਣੇ ਸਕੂਲ ਹੈ ਦੇਖਦਾ ਮੈਂ ਜੌਨ ਰੋਡ ਇਹ ਜੌਨ ਰੋਡ ਜਿਹੜੀ ਇੱਦਾਂ ਇੱਧਰ ਨੂੰ ਘੁੰਮ ਜਾਂਦੀ ਹੈ ਅਤੇ ਅੱਗੇ ਫਿਰ ਇਸ ਤਰ੍ਹਾਂ ਹੀ ਅੱਗੇ ਜਾ ਕੇ ਮੁੜ ਕੇ ਫਿਰ ਮੇਰਾ ਖਿਆਲ ਇਹ ਮੈਨਸ ਗੈਨ ਜਾਂ ਵਾਇੰਟ ਲੇਨ ਨਾਲ ਇੱਦਾਂ ਆਈ ਐਮ ਨੋਟ ਸ਼ੋਰ ਇਹਦੇ ਨਾਲ ਮਿਲਦੀ ਹੈ ਇਹ ਔਰ ਤੁਸੀਂ ਦੇਖ ਸਕਦੇ ਹੋ ਇੱਥੇ ਕਾਫੀ ਅੱਛੇ ਸੋਹਣੇ ਸੋਹਣੇ ਘਰ ਜਿਹੜੇ ਤੁਸੀਂ ਰਾਜਪੂਤ ਬੇ 'ਤੇ ਦੇਖੇ ਸੀ ਸਾਰੇ ਟਾਊਨ ਹਾਊਸ ਇਹ ਡਿਟੈਚ ਟਾਊਨ ਹਾਊਸ ਪਰ ਇਹ ਕਾਫੀ ਸਾਰੇ ਡਬਲ ਡਰਾਜ ਡੋਰ ਪ੍ਰੋਪਰਲੀ ਡਰੈਸ ਅਪ ਤੁਸੀਂ ਨਾ ਹੋ ਕੇ ਆਓ ਤਾਂ ਪ੍ਰੋਬਲਮ
ਮੈਂ ਸੋਚਦਾ ਸੀ ਥੋੜ੍ਹੇ ਦਿਨ ਵੇਟ ਕਰ ਲਵਾਂ, ਥੋੜ੍ਹਾ ਜਿਹਾ ਸਨੋ ਵਗੈਰਾ ਮੈਲਟ ਹੋ ਜਾਵੇ ਅਤੇ, ਪਰ ਹਰ ਸੀਜ਼ਨ ਦੀ ਜਿਹੜੀ ਵੀਡੀਓ ਬਣਾਉਣੀ ਉਹ ਇੱਕ ਡਿਫਰੈਂਟ ਚੀਜ਼ ਹੁੰਦੀ ਹੈ, ਕਿਉਂਕਿ ਸਮਰ ਦੇ ਵਿੱਚ ਤੁਸੀਂ ਦੇਖੋਗੇ ਕਿ ਇੰਟਾਇਰਲੀ ਡਿਫਰੈਂਟ ਜਿਹੜਾ ਏਰੀਆ ਲੱਗੇਗਾ ਤੁਹਾਨੂੰ। ਇਹ ਇੱਥੇ ਕਿਉਂਕਿ ਫਿਰ ਮੈਂ ਮੈਨਸ ਗਿਆ ਅਤੇ ਆ ਗਿਆ, ਮੈਨਸ ਗੈਸ ਇੱਥੇ ਬੰਦ ਹੋ ਜਾਂਦੀ ਹੈ, ਜਾਨ ਰੋਡ ਤੋਂ ਇਹ ਮੈਂ ਮੇਨ ਰੋਡ ਜਿਹੜੀ ਐਵਰਗ੍ਰੀਨ ਬੁੱਲੇਵਾਰਡ ਹੈ ਉਹਦੇ 'ਤੇ ਆ ਗਿਆ, ਅਤੇ ਇਹ ਐਵਰਗ੍ਰੀਨ ਬੁੱਲੇਵਾਰਡ ਜਿਹੜੀ ਹੈ ਸਾਰੇ ਐਵਰਗ੍ਰੀਨ 'ਚ ਆਲਮੋਸਟ ਘੁੰਮਦੀ ਹੈ ਅਤੇ ਬਹੁਤੀਆਂ ਸਟਰੀਟਾਂ ਇਹਦੇ ਵਿੱਚੋਂ ਹੀ ਨਿਕਲਦੀਆਂ। ਇੱਧਰ ਵੀ ਦੇਖੋ ਤੁਸੀਂ ਕਾਫੀ ਸੋਹਣੇ ਸੋਹਣੇ ਹਾਊਸ ਇੱਥੇ ਲੱਗੇ ਹੋਏ, ਸੇਲ 'ਤੇ ਵੀ ਹੈ, ਅਤੇ ਮੈਂ ਚੈੱਕ ਕੀਤਾ ਸੀ ਇੰਟਰਨੈਟ 'ਤੇ ਅਤੇ ਕਾਫੀ ਹਾਊਸ ਜਿਹੜੇ ਹੈਗੇ ਆ ਐਵਰਗ੍ਰੀਨ ਨੇਬਰਹੁੱਡ ਦੇ ਵਿੱਚ ਸੇਲ 'ਤੇ ਲੱਗੇ ਹੋਏ ਆ, ਟਾਊਨ ਹਾਊਸ, ਸੈਮੀ ਡਿਟੈਚਡ ਹਾਊਸ, ਕੌਂਡੋ, ਬਿਗ ਹਾਊਸ ਆਲਸੋ, ਤੁਸੀਂ ਚੈੱਕ ਕਰ ਸਕਦੇ ਹਾਂ। ਸਟਾਰਟਿੰਗ ਫਰੋਮ ਆਈ ਥਿੰਕ 235,000 to 700,000, ਸੋ ਹਰ ਤਰ੍ਹਾਂ ਦੇ ਘਰ ਤੁਹਾਨੂੰ ਮਿਲ ਜਾਣਗੇ। ਮੁੜ ਕੇ ਫਿਰ ਮੈਂ ਵਾਇਨ ਲੇਨ 'ਤੇ ਆ ਗਿਆ ਅਤੇ ਮੈਂ ਹੁਣ ਇੱਧਰ ਤੁਹਾਨੂੰ ਇੰਸਟੈਡ ਆਫ ਗੋਇੰਗ ਔਨ ਐਵਰਗ੍ਰੀਨ ਬੁੱਲੇਵਾਰਡ, ਕਿਉਂਕਿ ਐਵਰਗ੍ਰੀਨ ਬੁੱਲੇਵਾਰਡ ਦਾ ਪੂਰਾ ਰਾਊਂਡ ਲਾਵਾਂਗਾ ਇੱਕ ਦਿਨ ਮੈਂ। ਕਾਫੀ ਵਧੀਆ ਸਟਰੀਟ ਹੈ ਅਤੇ ਪੂਰੀ ਮੇਰੀ ਇੱਕ ਦਿਨ ਦੀ ਵੀਡੀਓ ਉਹਦੇ 'ਚ ਬਣ ਸਕਦੀ ਹੈ। ਇੱਧਰ ਹੁਣ ਮੈਂ ਤੁਹਾਨੂੰ ਮੈਨਸ ਗੈਸ ਵੈਂਟ 'ਤੇ ਲੈ ਕੇ ਜਾਂਦਾ, ਕਿਉਂਕਿ ਇਹ ਥੋੜ੍ਹਾ ਜਿਹਾ ਪੋਰਸ਼ਨ ਜਿਹੜਾ ਹੈ ਉਸ ਦਿਨ
ਇਹਦਾ ਕਵਰ ਕੀਤਾ ਸੀ ਤੇ ਬਾਕੀ ਅੱਜ ਮੈਂ ਤੁਹਾਨੂੰ ਸਾਰਾ ਦਿਖਾਣਾ ਇਹ ਸਾਹਮਣੇ ਫਿਰ ਰਾਜਪੂਤ ਵੀ ਆ ਗਈ ਇੱਧਰ ਤੁਹਾਨੂੰ ਮੈਂ ਪਹਿਲਾਂ ਲੈ ਕੇ ਗਿਆ ਸੀ ਅਤੇ ਹੁਣ ਆਹ ਇੱਧਰ ਜਿਹੜਾ ਹੈ ਸਟਰੀਟ ਮੈਨਸ ਗਿੱਲ ਬੈਂਡ ਇਹ ਵੀ ਟਾਊਨ ਹਾਊਸ ਹੈਗੇ ਹੈ 191 ਮੈਨਸ ਗਿੱਲ ਬੈਂਡ 'ਤੇ ਯੂਨੀਵਰਸਿਟੀ ਪਾਰਕ ਅਤੇ ਕਾਫੀ ਸੋਹਣੇ ਟਾਊਨ ਹਾਊਸ ਹੈ ਅਤੇ ਕਈ ਵਾਰੀ ਮੈਂ ਗਿਆ ਅਟੈਚਡ ਸੈਂਟ ਦੇਖੋ ਇਹਦੇ 'ਚ ਕੁਛ ਸੇਲ 'ਤੇ ਵੀ ਲੱਗੇ ਹੋ ਤੁਸੀਂ ਚੈੱਕ ਕਰ ਸਕਦੇ ਹਾਂ ਇਹ ਹੈ ਜੀ ਡੈਲਗੀਲੀਸ਼ ਲਿੰਕ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਮੈਨਸ ਗਿੱਲ ਬੈਂਡ ਦਾ ਇਹ ਏਰੀਆ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਇਆ ਅਤੇ ਹੁਣ ਨੈਕਸਟ ਜਿਹੜਾ ਹੈ ਇਹਦਾ ਪੋਰਸ਼ਨ ਉਹ ਮੈਂ ਦਿਖਾਉਣਾ ਤੁਹਾਨੂੰ ਜੌਨ ਰੋਡ ਆ ਗਏ ਇਹ ਤੁਹਾਨੂੰ ਮੈਂ ਪਿਛਲੀ ਵੀਡੀਓ 'ਚ ਵੀ ਆਪਣੀ ਦਿਖਾਇਆ ਸੀ ਇੱਥੋਂ ਐਵਰਗ੍ਰੀਨ ਬੁੱਲੇਵਾਰਡ ਤੋਂ ਹੁੰਦਾ ਹੋਇਆ ਇੱਧਰ ਵੀ ਹੁਣ ਮੈਂ ਤੁਹਾਨੂੰ ਅੱਜ ਮੈਨਸ ਗਿੱਲ ਬੈਂਡ ਦਾ ਆਹ ਪੋਰਸ਼ਨ ਜਿਹੜਾ ਹੈਗਾ ਸਟਰੀਟ ਦਾ ਇਹ ਦਿਖਾਉਣਾ ਇਹ ਟਾਊਨ ਹਾਊਸ ਹੈਗੇ ਸਾਰੇ ਦੇਖੋ ਇੱਧਰ ਸਾਡੇ ਡਿਟੈਚਡ ਟਾਊਨ ਹਾਊਸ ਅਤੇ ਮੈਂ ਇੰਟਰਨੈਟ 'ਤੇ ਚੈੱਕ ਕੀਤੇ ਸੀ ਇਹ
It's a two bedroom, three bedroom. Over 300,000 to Sano. It's available. Hey, big in there. ਕੁਛ ਟਾਊਨ ਹਾਊਸ ਜਿਹੜੇ ਮੈਂ ਪਿਛਲੀ ਵੀਡੀਓ 'ਚ ਦਿਖਾਇਆ ਸੀ ਤੁਹਾਨੂੰ ਡੈਗਲਿਸ਼ 'ਤੇ ਉਹ ਟੂ ਬੈਡਰੂਮ ਥ੍ਰੀ ਬੈਡਰੂਮ ਕਾਫੀ ਸਸਤੇ ਲੱਗੇ ਉਹ ਦੋ ਬੈਡਰੂਮ ਦਾ 2,35,000 ਦਾ ਇੱਦਾਂ ਮੇਰੇ ਹਿਸਾਬ ਨਾਲ ਤਾਂ ਕਾਫੀ ਸਸਤੇ ਆ ਐਸ ਕੰਪੇਅਰ ਟੂ ਅਦਰ ਸਿਟੀਜ਼ ਇਹ ਵੀ ਕੌਂਡੋ ਹੈਗੇ ਇੱਥੇ 4-15 ਅਤੇ ਕਾਫੀ ਸੋਹਣੇ ਬਣੇ ਹੋਏ ਵੀ ਬ੍ਰਿਕਸਟਨ ਕੰਪਨੀ ਵੱਲੋਂ ਬਣਾਏ ਹੋਏ ਇਹ ਰੈਂਟਲ ਆ ਜਾਂ ਲੋਕਾਂ ਨੇ ਔਨ ਕੀਤੀ ਤਾਂ ਮੈਨੂੰ ਪਤਾ ਨਹੀਂ ਬਟ ਕਾਫੀ ਸੋਹਣੇ ਬਣੇ ਹੋਏ ਨੇ ਇਹ ਮੁੜ ਕੇ ਫਿਰ ਮੈਂ ਮੈਨਕ ਰੋਡ 'ਤੇ ਆ ਗਿਆ ਇਹ ਸਾਹਮਣੇ ਸਟਰੀਟ ਵੀ ਤੁਹਾਨੂੰ ਮੈਂ ਦਿਖਾਈ ਦੀ ਇਹ ਹੈ ਜੀ ਅਰਸਕੋਟ ਸਟਰੀਟ ਇਹ ਮੇਰਾ ਖਿਆਲ ਲੋਟ ਹਾਲੇ ਖਾਲੀ ਪਿਆ ਇਹ ਪਾਰਕ ਨਹੀਂ ਹੈ ਇਹ ਕਿਸੇ ਦਾ ਪਰਸਨਲ ਜਗ੍ਹਾ ਹੋਏਗੀ ਇੱਥੇ
ਅੱਜ ਕੁਛ ਘਰ ਜਿਹੜੇ ਹੈਗੇ ਉਹ ਬਣਾਉਣਗੇ ਆਈ ਥਿੰਕ ਆਈ ਸ਼ੁੱਡ ਗੋ ਟੂ ਅਦਰ ਸਾਈਡ ਮੋਰਨਿੰਗ ਵਾਕ ਅੱਜ ਕੱਲ੍ਹ ਘੱਟ ਹੁੰਦੀ ਵੀ ਸੜਕਾਂ ਇੰਨੀਆਂ ਸਲਿਪਰੀ ਹੈਗੀਆਂ ਤੁਹਾਨੂੰ ਬੜਾ ਕੇਅਰਫੁਲ ਹੋਣਾ ਪੈਂਦਾ ਓਕੇ ਦੋਸਤੋ ਮੈਂ ਇੱਥੇ ਅੱਜ ਦਾ ਜਿਹੜਾ ਹੈਗਾ ਮੋਰਨਿੰਗ ਵਾਕ ਖਤਮ ਕਰਦਾ ਅਤੇ ਆਈ ਹੋਪ ਕਿ ਤੁਹਾਨੂੰ ਅੱਜ ਦਾ ਜਿਹੜਾ ਹੈਗਾ ਵੀਡੀਓ ਪਸੰਦ ਆਵੇਗੀ ਅਤੇ ਜੇ ਤੈਨੂੰ ਜੇ ਤੁਹਾਨੂੰ ਪਸੰਦ ਆਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਅਤੇ ਲਾਈਕ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਤਿ ਸ਼੍ਰੀ ਅਕਾਲ ਨਮਸਕਾਰ ਬਾਏ ਬਾਏ ਲਵ ਯੂ